ਸਤਿ ਸ਼੍ਰੀ ਅਕਾਲ, ਸਾਡੇ ਨਾਲ ਟੀਵੀ ਦੇਖਣ ਤੁਸੀਂ, ਮੈਂ ਹਾਂ ਜੱਸੀ ਕੌਰ। ਔਕਲੈਂਡ ਸਿਟੀ ਦੇ ਵਿੱਚ ਲਗਾਤਾਰ ਕ੍ਰਾਈਮ ਅਤੇ ਲੁੱਟਾਂ ਖੋਹਾਂ ਦੇ ਵਿੱਚ ਵਾਧਾ ਹੋ ਰਿਹਾ। ਇਸ ਦੇ ਨਾਲ ਜਿੱਥੇ ਇੱਕ ਪਾਸੇ ਆਮ ਜਨਤਾ ਪਰੇਸ਼ਾਨ ਹੈ, ਉੱਥੇ ਹੀ ਇੱਥੇ ਕੰਮ ਕਰਨ ਵਾਲੇ ਅਤੇ ਇੱਥੋਂ ਦੇ ਕਾਰੋਬਾਰੀ ਕਾਫੀ ਦੁਖੀ ਨਜ਼ਰ ਆ ਰਹੇ ਨੇ। ਉਹਨਾਂ ਮੁਤਾਬਿਕ ਲਗਾਤਾਰ ਅਤੇ ਰੋਜ਼ਾਨਾ ਹੋ ਰਹੇ ਇਹ ਕ੍ਰਾਈਮ ਉਹਨਾਂ ਦੇ ਕਾਰੋਬਾਰ ਦੇ ਉੱਤੇ ਕਾਫੀ ਬੁਰਾ ਅਸਰ ਪਾ ਰਹੇ ਨੇ। ਉਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਲੋਕ ਸ਼ਰਾਬ ਦੇ ਨਸ਼ੇ ਦੇ ਵਿੱਚ ਉੱਥੇ ਆ ਰਹੇ ਗ੍ਰਾਹਕਾਂ ਨੂੰ ਵੀ ਤੰਗ ਕਰਦੇ ਨੇ ਅਤੇ ਇਹ ਲੁੱਟਾਂ ਖੋਹਾਂ ਤਾਂ ਇਸ ਤੋਂ ਵੀ ਜ਼ਿਆਦਾ ਖਰਾਬ ਕਾਰਨ ਹੈ। ਉੱਧਰ ਔਕਲੈਂਡ ਦੇ ਮੇਅਰ ਵੇਨ ਬਰਾਊਨ ਨੇ ਸਵੇਰੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਚਾਹੁੰਦੇ ਨੇ ਕਿ ਔਕਲੈਂਡ ਦੇ ਵਿੱਚ ਲੋਕ ਸੁਰੱਖਿਅਤ ਮਹਿਸੂਸ ਕਰਨ ਅਤੇ ਕ੍ਰਾਈਮ ਦੇ ਉੱਤੇ ਜ਼ਿਆਦਾ ਸਖਤੀ ਦੇ ਨਾਲ ਕੰਮ ਕੀਤਾ ਜਾਵੇ। ਪੁਲਿਸ ਮਿਨਿਸਟਰ ਅਤੇ ਔਕਲੈਂਡ ਮੇਅਰ ਵੇਨ ਬਰਾਊਨ ਦੀ ਅੱਜ ਇੱਕ ਮੀਟਿੰਗ ਵੀ ਹੋਈ ਹੈ। ਇਹਦੇ ਵੀ ਦੱਸ ਜਾਂਦੇ ਹਾਂ ਕਿ ਪੁਲਿਸ ਮਿਨਿਸਟਰ ਦੇ ਮੁਤਾਬਿਕ ਉਹ ਇਹ ਜ਼ਰੂਰੀ ਕਰਨਾ ਚਾਹੁੰਦੇ ਨੇ ਕਿ ਲੋਕ ਔਕਲੈਂਡ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਨ ਅਤੇ ਇਹਦੇ ਲਈ ਉਹ ਪੂਰੀਆਂ ਕੋਸ਼ਿਸ਼ਾਂ ਕਰ ਰਹੇ ਨੇ। ਹਾਲਾਂਕਿ ਇਸ ਦੇ ਬਾਵਜੂਦ ਨਿਤ ਨਵੇਂ ਹੁੰਦੇ ਕ੍ਰਾਈਮ ਇਸ ਦੇ ਉੱਤੇ ਇੱਕ ਵੱਡਾ ਸਵਾਲ ਨੇ। ਪੁਲਿਸ ਮਿਨਿਸਟਰ ਨੇ ਵੀ ਕਿਹਾ ਕਿ ਬੀਤੇ 2-3 ਸਾਲਾਂ ਤੋਂ ਕ੍ਰਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਕ੍ਰਾਈਮ ਦੇ ਉੱਤੇ ਠੱਲ ਪੈਂਦੀ ਹੈ ਜਾਂ ਫਿਰ ਨਹੀਂ।